ਜੋ ਸਾਡੇ ਦੇਸ਼ 'ਤੇ ਥੋੜ੍ਹੇ ਜਿਹੇ ਸਮੇਂ ਲਈ ਮਾੜੇ ਹਾਲਾਤ ਆਏ, ਜਿਨ੍ਹਾਂ ਦਾ ਸਾਹਮਣਾ ਸਾਡੇ ਫੌਜੀ ਵੀਰਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਕੀਤਾ। ਕਈ ਘਰਾਂ ਦੇ ਚਿਰਾਗ ਬੁਝੇ, ਕਈ ਮਾਵਾਂ ਦੀਆਂ ਦੁੱਖਾਂ ਖਾਲੀ ਹੋਈਆਂ, ਕਈ ਭੈਣਾਂ ਦੇ ਵੀਰ ਗਏ, ਕਈ ਸੁਹਾਗਣਾਂ ਦੇ ਸੁਹਾਗ ਗਏ। ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝੇ, ਫਿਰ ਕਿਤੇ ਜਾ ਕੇ ਸਾਡੇ ਦੇਸ਼ ਦਾ ਇੱਕੋ ਇੱਕ ਚਿਰਾਗ ਰੌਸ਼ਨ ਹੋਇਆ। ਕਹਿੰਦੇ ਇਹ ਚਿਰਾਗ ਰੋਸ਼ਨ ਕਰਨਾ ਬਹੁਤ ਔਖੀ ਗੱਲ ਹੈ, ਮੂੰਹ ਗੱਲ ਕੱਢਣੀ ਤੇ ਪੂਰੀ ਕਰਨੀ ਬਹੁਤ ਔਖੀ ਹੈ। ਆਪਾਂ ਲੋਕ ਇੱਥੇ ਬੈਠ ਕੇ ਬਹੁਤ ਗੱਲਾਂ ਕਰਦੇ ਹਾਂ, ਰੇਡੀਓ 'ਤੇ ਸੁਣਦੇ ਹਾਂ, ਅਖਬਾਰ ਪੜ੍ਹਦੇ ਹਾਂ, ਲੇਕਿਨ ਉਹਨਾਂ ਨੂੰ ਪੁੱਛੋ ਜਾ ਕੇ ਜੋ ਗੋਲੀਆਂ ਦੇ ਮੂੰਹ 'ਚ ਖੜੇ ਨੇ। ਕਹਿੰਦੇ ਇੱਕ ਸਾਡੇ ਫੌਜੀ ਵੀਰ ਐਸੇ ਨੇ, ਹਰ ਇਨਸਾਨ ਮੌਤ ਤੋਂ ਘਬਰਾਉਂਦਾ, ਇੱਕ ਫੌਜੀ ਐਸੀ ਸ਼ਖਸੀਅਤ ਨੇ ਜਿਹੜੇ ਮੌਤ ਨੂੰ ਦੇਖ ਕੇ ਮੁਸਕਰਾਉਂਦੇ ਨੇ, ਤੇ ਸਾਡੇ ਤੁਹਾਡੇ ਵਰਗੇ ਦੀਆਂ ਰੱਖਿਆ ਕਰਦੇ ਨੇ। ਤੂੰ ਰਾਖਾ ਸਰਹੱਦਾਂ ਦਾ ਤੇ ਮੈਂ ਗਿੱਧਿਆਂ ਦੀ ਰਾਣੀ ਨੇ। ਹਾਂ ਜੀ।
ਆਵਾਜ਼ ਸੁਣਦੀ ਨਹੀਂ।